ਇਹ ਧਾਰਮਿਕ ਸੈਗਮੈਂਟ ਕੁਕਟਲਮ ਸਥਿਤ ਬਾਂਕੇ ਇਨਵੈਸਟਮੈਂਟ ਲਿਮਿਟਿਡ ਵੱਲੋਂ ਸਪੋਂਸਰਡ ਹੈ। 604-931-3331। ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ। ਮੇਰਾ ਸਾਥ ਦੇਣਗੇ ਭਾਈ ਜੈਵੀਰ ਸਿੰਘ ਜੀ ਜਿਹੜੇ ਸਾਡੇ ਮਹਿਮਾਨ ਹਨ ਅੱਜ, ਅਤੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਸਿਆਣਪ ਦੀ ਬੜੀ ਇੰਪੋਰਟੈਂਸ ਹੈ, ਵਿਵੇਕ ਬੁੱਧੀ ਦੀ ਅਸੀਂ ਗੱਲ ਕਰਦੇ ਹਾਂ। ਸੁਖਮਨੀ ਸਾਹਿਬ ਵਿੱਚ ਇੱਕ ਤੁੱਕ ਵੀ ਆਉਂਦੀ ਹੈ ਜਿਸ ਵਿੱਚ ਕਿਹਾ ਜਾਂਦਾ ਹੈ, ਤਜੋ ਸਿਆਣਪ ਸੁਲਝਣੋ ਸਿਮਰੋ ਹਰ ਹਰ ਰਾਏ। ਸਿਮਰਨਾ ਕੀ ਹੈ, ਕੀ ਸਿਆਣਪ ਆਪਣੇ ਜੀਵਨ ਵਿੱਚ ਲਿਆਉਣੀ ਹੈ, ਆ ਉਸ ਬਾਰੇ ਜਾਣਕਾਰੀ ਲੈਂਦੇ ਹਾਂ ਭਾਈ ਜੈਵੀਰ ਸਿੰਘ ਜੀ ਤੋਂ। ਭਾਈ ਸਾਹਿਬ ਜੀ, ਜੈ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਦੋਂ ਅਸੀਂ ਸਿਆਣਪ ਦੀ ਗੱਲ ਕਰਦੇ ਹਾਂ, ਹਰ ਇੱਕ ਧਰਮ ਵਿੱਚ ਸਾਨੂੰ ਇਹੀ ਸਿਖਾਇਆ ਜਾਂਦਾ ਕਿ ਜੀ ਚੰਗੇ ਬਣੋ, ਸਿਆਣਪ ਨਾਲ ਕੰਮ ਕਰੋ, ਸਿਮਰੋ, ਉਸ ਰੱਬ ਨੂੰ ਹਮੇਸ਼ਾ ਸਿਮਰੋ। ਸੋ ਚਾਹਾਂਗੇ ਕਿ ਇਹ ਜਿਹੜੀ ਤੁੱਕ ਹੈਗੀ ਹੈ, ਇਹਨੂੰ ਵਿਸਾਰ ਵਿੱਚ ਸਾਨੂੰ ਸਮਝਾਓ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ ਜੀ। ਇਹ ਜਿਹੜਾ ਸਲੋਕ ਹੈ ਸੁਖਮਨੀ ਸਾਹਿਬ ਜੀ ਦੇ ਵਿੱਚ, ਜੀ ਗੁਰੂ ਅਰਜਨ ਦੇਵ ਜੀ ਮਨ ਬਖਸ਼ਿਸ਼ ਕੀਤੀ, ਜੀ ਕਹਿਣ ਲੱਗੇ ਤਜੋ ਬਹੁਤ ਛੱਡ ਦਿਓ ਸਿਆਣਪ, ਜਿਸ ਤੁਸੀਂ ਗੱਲ ਕੀਤੀ ਹੈ ਵੀ ਸਿਆਣਪ ਚਾਹੀਦੀ ਹੈ ਪੂਰੀ ਤਰ੍ਹਾਂ 'ਤੇ ਜੀਵਨ ਦੇ ਵਿੱਚ ਹਰ ਪਹਿਲੂ 'ਤੇ ਬੰਦੇ ਨੂੰ ਸੁਚੇਤ ਹੋਣਾ ਚਾਹੀਦਾ ਹੈ। ਠੀਕ। ਪਰ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਉਹਨਾਂ ਸਿਆਣਪਾਂ ਨੂੰ ਕਬੂਲ ਨਹੀਂ ਕੀਤਾ ਜਿਹਨਾਂ ਤੋਂ ਕਿ ਕਿਸੇ ਨਾਲ ਬੁਰਾ ਕੀਤਾ ਜਾਏ ਜਾਂ ਕਿਸੇ ਦੇ ਨਾਲ ਧੋਖਾ ਕੀਤਾ ਜਾਏ, ਕਿਉਂਕਿ ਸਿਆਣਪ ਕਈ ਤਰ੍ਹਾਂ ਦੀ ਹੁੰਦੀ ਹੈ। ਬਿਲਕੁਲ। ਇੱਕ ਉਹ ਵੀ ਸਿਆਣਪ ਹੈ ਜਿਹੜਾ ਬੰਦਾ ਦੂਜੇ ਨਾਲ ਧੋਖਾ ਕਰ ਰਿਹਾ, ਕਿਉਂਕਿ ਜਿਹਦੇ ਕੋਲ ਸਿਆਣਪ ਨਹੀਂ ਹੋਏਗੀ ਉਹ ਦੂਜੇ ਨਾਲ ਧੋਖਾ ਨਹੀਂ ਕਰ ਸਕਦਾ। ਇਸੇ ਕਰਕੇ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਰੱਬ ਨਾਲ ਬੰਦੇ ਸਿਆਣਪਾਂ ਨਾ ਕਰੀ। ਬੰਦੇ ਨਾਲ ਹੋ ਸਕਦਾ ਤੇਰੀ ਸਿਆਣਪ ਚੱਲ ਜਾਏ, ਠੀਕ, ਪਰ ਰੱਬ ਦੇ ਨਾਲ ਤੇਰੀ ਸਿਆਣਪ ਨਹੀਂ ਚੱਲੇਗੀ। ਇਸੇ ਕਰਕੇ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਹਰ ਗੁਰੂ ਕਾ ਸਿੱਖ ਬੜੇ ਪਿਆਰ ਨਾਲ ਸੁਣਦਾ ਹੈ ਅਤੇ ਪੜ੍ਹਦਾ ਵੀ ਹੈ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ। ਕਹਿਣ ਲੱਗੇ ਹਾਂ ਹੋ ਸਕਦਾ ਹੈ ਦੁਨੀਆ ਵੀ ਤੋੜ ਤੋਂ ਤੇਰੀ ਸਿਆਣਪ ਬੜੀ ਚੱਲ ਜਾਏ, ਦੁਨੀਆ ਵੀ ਤੋੜ ਤੋਂ ਤੂੰ ਕਾਮਯਾਬ ਹੋ ਵੀ ਜਾਏ, ਪਰ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਦੇ ਮੂਹਰੇ ਬੰਦੇ ਤੇਰੀ ਕੋਈ ਸਿਆਣਪ ਨਹੀਂ ਚੱਲੇਗੀ। ਇਸ ਕਰਕੇ ਤੈਨੂੰ ਸਿਆਣਪ ਛੱਡਣੀ ਪਏਗੀ। ਉਹ ਸਿਆਣਪਾਂ ਛੱਡ ਕੇ ਹੀ ਆਪਣੀ ਸਿਆਣਪ ਨੂੰ ਛੱਡ ਕੇ ਆਪਣੇ ਮਨ ਦੇ ਵਿੱਚ ਐਸੀ ਭਾਵਨਾ ਲੈ ਕੇ ਆਉਣਾ ਕਿ ਮੈਂ ਮੂਰਖ ਹਾਂ, ਮੈਂ ਅਗਿਆਨੀ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਤਿਗੁਰੂ ਜੀ ਤੋਂ ਸਿਆਣਾ ਕੋਈ ਨਹੀਂ ਨਾ। ਪਰ ਮੇਰੀ ਬੇਨਤੀ ਇਹ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਕਰੀਬਨ ਸਾਰੇ ਅਸੀਂ ਸਮਝਦੇ ਹਾਂ ਸਭ ਤੋਂ ਵੱਧ ਬਾਣੀ ਗੁਰੂ ਅਰਜਨ ਦੇਵ ਜੀ ਦੀ ਹੈ। ਕਿੰਨੇ ਸਿਆਣੇ ਹੋਣਗੇ, ਕਿਉਂਕਿ ਇੱਕ ਚਿੱਠੀ ਵੀ ਲਿਖਣੀ ਹੋਵੇ ਨਾ ਕਿੰਨਾ ਸੋਚਣਾ ਪੈਂਦਾ ਹੈ। ਪਰ ਮੇਰੇ ਸਤਿਗੁਰੂ ਜੀ ਨੇ ਤਕਰੀਬਨ ਅੱਧਾ ਗੁਰੂ ਗ੍ਰੰਥ ਸਾਹਿਬ ਲਿਖਣ ਤੋਂ ਬਾਅਦ ਇਹ ਗੱਲ ਆਖੀ ਹੈ ਕਿ ਹਮ ਮਹਿਲੇ, ਹਮ ਮੂਰਖ, ਹਮ ਪਾਪੀ, ਮੈਂ ਨਿਰਗੁਣ ਯਾਰੇ, ਮੇਰੇ ਕੋਲ ਕੋਈ ਸਿਆਣਪ ਨਹੀਂ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜ੍ਹੀ ਰਾਮ। ਪਰ ਇੱਥੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਇਹ ਸਿਆਣਪ ਉਹ ਹੈ ਜਿਹੜਾ ਕਿ ਬੰਦਾ ਖਾਸ ਕਰਕੇ ਰੱਬ ਦੇ ਨਾਮ 'ਤੇ ਵਿਖਾਉਂਦਾ ਹੈ ਔਰ ਧਰਮ ਦੇ ਨਾਮ 'ਤੇ ਵਿਖਾਉਂਦਾ ਹੈ। ਔਰ ਕਈ ਵਾਰੀ ਐਸੀਆਂ ਸਿਆਣਪਾਂ ਕਰਕੇ ਹੀ ਲੋਕਾਂ ਆਮ ਲੋਕਾਂ ਨੂੰ, ਆਮ ਬੰਦੇ ਨੂੰ ਭੁਲੇਖੇ ਵਿੱਚ ਪਾਉਂਦਾ। ਗੁਰੂ ਘਰ ਦੇ ਵਿੱਚ ਐਸੀ ਸਿਆਣਪ ਕਬੂਲ ਨਹੀਂ ਹੈ। ਇਸੇ ਕਰਕੇ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਜਿੱਥੋਂ ਮਰਜ਼ੀ ਸ਼ੁਰੂਆਤ ਕਰ ਲਈਏ, 239 ਸਾਲ ਦਾ ਤਕਰੀਬਨ ਇਹ ਸਮਾਂ ਬਣਦਾ ਗੁਰੂ ਕਾਲ ਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੱਕ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ। ਸਿਆਣਪਾਂ ਹੀ ਵਿਖਾਉਂਦੇ ਸੀ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਖੀ ਆਪ ਜੀ ਨੇ ਕਦੀ ਸਰਵਣ ਕੀਤੀ ਹੋਵੇ, ਪਤਾ ਹੁੰਦਾ ਆਮ ਗੁਰੂ ਕੇ ਸਿੱਖ ਨੂੰ ਕਿ ਜਦੋਂ ਮੇਰੇ ਸਤਿਗੁਰੂ ਗਏ ਨਾ ਕੁਰਕਸ਼ੇਤਰ ਅਤੇ ਉੱਥੇ ਕੀ ਹੋਇਆ, ਸਿਆਣਪ ਵਿਖਾ ਰਿਹਾ ਬੰਦਾ ਕਿ ਮੈਨੂੰ ਸਿਰਪੁਰੀ ਦੇ ਬ੍ਰਹਮਪੁਰੀ ਦਰਸ਼ਨ ਹੋ ਰਹੇ ਨੇ, ਪਰ ਮਹਾਰਾਜ ਨੇ ਬਖਸ਼ਿਸ਼ ਕੀਤੀ ਨਹੀਂ। ਕਹਿਣ ਲੱਗੇ ਇਹ ਸਿਆਣਪ ਜਿਹੜੀ ਹੈ ਕਬੂਲ ਨਹੀਂ, ਕਿਉਂਕਿ ਇਸ ਬੰਦੇ ਨੂੰ ਇਹ ਨਹੀਂ ਪਤਾ ਕਿ ਜਿਹੜਾ ਗੜਵਾ ਮੇਰੇ ਅੱਗੇ ਤੋਂ ਪਿੱਛੇ ਚਲਾ ਗਿਆ ਉਹ ਮੈਨੂੰ ਨਜ਼ਰ ਨਹੀਂ ਆ ਰਿਹਾ, ਅਤੇ ਐਸੀ ਸਿਆਣਪ ਕਬੂਲ ਨਹੀਂ। ਇਸੇ ਕਰਕੇ ਮੇਰੇ ਸਤਿਗੁਰ ਨੂੰ ਬਖਸ਼ਿਸ਼ ਕੀਤੀ, ਕਹਿਣ ਲੱਗੇ ਤਜੋ ਸਿਆਣਪ, ਕਿ ਹੇ ਭਾਈ ਸਿਆਣਪ ਛੱਡ ਦਿਓ। ਜਦੋਂ ਵੀ ਗੁਰੂ ਦੀ ਅਸੀਸ ਲੈਣੀ ਹੈ, ਵਾਹਿਗੁਰੂ ਦੀ ਜੇਕਰ ਕਿਰਪਾ ਦੇ ਪਾਤਰ ਬਣਨਾ, ਸਿਆਣਪਾਂ ਕਰਕੇ ਨਹੀਂ, ਕਿਉਂਕਿ ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈ ਆ। ਕਹਿਣ ਲੱਗੇ ਸਿਆਣਪਾਂ ਕੰਮ ਨਹੀਂ ਆਉਂਦੀਆਂ। ਹੁਣ ਮੈਂ ਬੇਨਤੀ ਕਰਾਂ, ਬੜੀਆਂ ਸਿਆਣਪਾਂ ਵਿਖਾਈਆਂ ਸਨ ਪਿਰਥੀ ਚੰਦ ਨੇ, ਕਿਉਂਕਿ ਅਸੀਂ ਗੱਲ ਚੱਲਦੀ ਪਈ ਹੈ ਸਿਆਣਪ, ਇਹ ਸਿਆਣਪ ਕੀ ਹੈ ਔਰ ਸਿਆਣਪ ਨੂੰ ਅਸੀਂ ਕਿਉਂ ਛੱਡਣਾ ਹੈ ਔਰ ਕਿਹੜੀ ਸਿਆਣਪ ਨੂੰ ਅਸੀਂ ਅਪਣਾਉਣਾ ਹੈ। ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਮੇਰਾ ਸਿੱਖ ਬੜਾ ਸਿਆਣਾ ਚਾਹੀਦਾ, ਕਿਉਂਕਿ ਅਸੀਂ ਹਰ ਰੋਜ਼ 9 ਦਾਨ ਮੰਗਦੇ ਹਾਂ ਵੀਰ ਜੀ, 9 ਦਾਨ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ। ਵਿਵੇਕ ਦਾ ਮਤਲਬ ਬੜੀ ਮਤਲਬ ਸੁਲਝੀ ਹੋਈ ਬੁੱਧੀ, ਜਿਹੜਾ ਕਿ ਬੜਾ ਹੀ ਧਿਆਨ ਹੋਵੇ। ਪਰ ਮਹਾਰਾਜ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਜਿਹੜੀ ਸਿਆਣਪ ਦੁਨੀਆ ਵੀ ਤੋੜ ਤੋਂ ਬੰਦਾ ਆਪਣੇ ਗੁਰੂ ਨੂੰ ਵਿਖਾਉਂਦਾ ਉਹ ਕਦੇ ਕਬੂਲ ਨਹੀਂ ਹੁੰਦੀ, ਕਿਉਂਕਿ ਪਿਰਥੀ ਚੰਦ ਨੇ ਇੰਨੀਆਂ ਸਿਆਣਪਾਂ ਵਿਖਾਈਆਂ ਦੁਨੀਆ ਜਾਣਦੀ ਹੈ, ਪਰ ਉਹਦੀ ਇੱਕ ਵੀ ਸਿਆਣਪ ਕਬੂਲ ਨਾ ਹੋਈ। ਸੋ ਗੁਰੂ ਅਰਜਨ ਦੇਵ ਜੀ ਮੈਂ ਬਖਸ਼ਿਸ਼ ਕਰ ਰਹੇ ਹਨ
कि मेरी बेनती है, मैं बहुता कुछ नहीं करना चाहता, बई तुसी सियाणप गुरु नू ना विखाओ, क्योंकि गुरु तो आप अंतरजामी है, गुरु तो वड्डा बंदा सियाणा नहीं हो सकता, गुरु सियाणा सी है तो रहेगा, बंदे दे कोल सियाणप जिहड़ी है वो अपनी नहीं होंदी। इसे करके मेरे सतगुरु ने बख्शिश की सियाणप छड़ दे, ते जदों तू सियाणप छड़ के निमाणा होके गुरु चरणा विच आवेगा और दोवें हथ जोड़ के बेनती करेगा कि सतगुरु जी मैं निर्गुण यारे को गुण नाही, आपे तरस पई होई, तरस पया मेरा मत होई, सतगुरु सज्जन मिलया, नानक नाम मिलया तां जीवा तन मन थीवै हरिया। सो गल की चल रही है, सियाणप की गल चल रही है। सो इसे करके गुरु अर्जन देव जी मां बख्शिश की, कहन लगे मेरे नाल मैं होर दी गल किसे दी ना करके मैं अपने भरा दी गल करा। पिरथी चंद ने इन्नियां सियाणपां विखाइयां कि जदों मैं लाहौर गया, मैं उत्थों चिट्ठियां भेजियां पिता गुरु रामदास जी नूं, ओह भी मेरे भरा ने सियाणप करके अपने कोल रख लईयां, पिता गुरु जी दे कोल नहीं जाण दित्तियां, होर बड़ियां सियाणपां। उत्थों तां हद हो जांदी है जदों कि 6 साल तो बाद रब ने बख्शिश की, मेरे घर भी पुत्र की दात रब ने दिती, गुरु अर्जन देव जी मां बख्शिश करन, क्योंकि सियाणप की गल चल रही है ना। तो बीबी करमो जिहड़ी मेरी भरजाई है, मेरा वड्डा भरा पृथ्वी चंद है, किन्नियां सियाणपां वरत के उस दाई दे नाल गल करदा है कि भी मेरे भतीजे नूं तू मार दे, सियाणप ही सी ना। क्योंकि वेखो जिहड़ा आम बंदा होएगा ना, भोला भाला बंदा, वह एक कम नहीं कर सकता। जिहड़ा बंदा अपने आप नूं बड़ा सियाणा समझदा है, पर यह कोई सियाणप नहीं होंदी गुरमत दे मुताबक, यह कोई सियाणप नहीं। तां ही तां बाणी दे विच इह गल आखी है कि अत सुंदर कुलीन चतुर मुख ज्ञानी धनवंत। कहन लगे बंदा अत दा सियाणा होवे, कुलीन होवे, बड़ा चतुर भी होवे, गल चल रही सियाणप दी, पर मेरे महाराज ने बख्शिश की, कहन लगे नहीं, गुरु घर दे विच, क्योंकि वेखो धार्मिक खेत्र एक वखरा हुंदा है, दुनिया भी खेत्र वखरा हुंदा है, असी दुनिया भी थोड़ तो भी सुचेत रहना है, पर असी अज गल कर रहे हैं धार्मिक खेत्र दे विच सियाणप दी की वैल्यू है ते की महत्ता है। ते मेरे सतगुरु ने बख्शिश की, कहन लगे बई जदों दाई नूं ਗੱਲਾਂ ਦੇ ਵਿੱਚ ਲੈ ਕੇ ਆਇਆ ਹੋਏਗਾ, ਕਰਮੋ ਬੀਬੀ ਕਰਮੋ ਅਤੇ ਪਿਰਥੀ ਚੰਦ, ਕਿੰਨੀ ਸਿਆਣਪ ਵਰਤੀ ਹੋਏਗੀ ਕਿ ਉਸ ਦਾਈ ਨੂੰ ਕਿਵੇਂ ਆਪਣੇ ਨਾਲ ਰਲਾਇਆ ਹੋਏਗਾ। ਪਰ ਉਹ ਸਿਆਣਪ ਕੰਮ ਨਾ ਆਈ, ਕਿਉਂਕਿ ਸਿਆਣਪ ਕੰਮ ਆਵੇ ਕਿਵੇਂ, ਗੱਲ ਕੀ ਚੱਲ ਰਹੀ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਵੱਡੇ ਵੱਡੇ ਸਿਆਣੇ ਜਿਹੜੇ ਨੇ ਨਾ ਉਹ ਰਹਿ ਜਾਂਦੇ ਨੇ। ਇਸੇ ਕਰਕੇ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਬਾਣੀ ਦੇ ਵਿੱਚ ਵਾਰ ਵਾਰ ਇਸ ਗੱਲ ਦਾ ਜ਼ਿਕਰ ਆਇਆ ਕਿ ਹੇ ਮਨੁੱਖ, ਹੇ ਪ੍ਰਾਣੀ, ਹੇ ਜੀਵ, ਗੁਰੂ ਨੂੰ ਸਿਆਣਪ ਨਾ ਵਿਖਾਈ, ਕਿਉਂਕਿ ਗੁਰੂ ਸਿਆਣਾ ਸੀ ਹੈ ਅਤੇ ਰਹੇਗਾ। ਤੇਰੀ ਸਿਆਣਪ ਜਿਹੜੀ ਹੈ ਉਹ ਗੁਰੂ ਦੇ ਸਾਹਮਣੇ ਨਹੀਂ ਚੱਲਦੀ। ਅਫਸੋਸ ਹੁੰਦਾ, ਦੁੱਖ ਵੀ ਹੁੰਦਾ ਕਿ ਬੰਦਾ ਕਈ ਵਾਰੀ ਰੱਬ ਨੂੰ ਵੀ ਆਪਣੀ ਸਿਆਣਪ ਵਿਖਾਉਂਦਾ ਔਰ ਕਈ ਵਾਰੀ ਰੱਬ ਨੂੰ ਵੀ ਸਲਾਮਾਂ ਦੇਣੀਆਂ ਸ਼ੁਰੂ ਕਰ ਦਿੰਦਾ। ਪਰ ਗੁਰੂ ਅਰਜਨ ਦੇਵ ਜੀ ਮਾਂ ਬਖਸ਼ਿਸ਼ ਕਰ ਰਹੇ ਨੇ, ਮੇਰੀ ਬੇਨਤੀ ਤਜੋ, ਤਜੋ ਦਾ ਅਰਥ ਹੁੰਦਾ ਛੱਡ ਦਿਓ, ਕਿ ਵੀ ਇਹ ਸਿਆਣਪਾਂ ਜਿਹੜੀਆਂ ਨੇ ਇਹ ਬਹੁਤੀਆਂ ਹੇਰਾ ਫੇਰੀਆਂ ਚਲਾਕੀਆਂ, ਗੁਰੂ ਘਰ ਦੇ ਵੀ ਕਬੂਲ ਨਹੀਂ ਹੁੰਦੀਆਂ ਔਰ ਗੁਰੂ ਇਹਨਾਂ ਗੱਲਾਂ ਨੂੰ ਕਬੂਲ ਨਹੀਂ ਕਰਦਾ, ਔਰ ਸਿਆਣਪਾਂ ਐਸੀਆਂ ਚਲਾਕੀਆਂ ਕਰਕੇ ਗੁਰੂ ਦੀ ਅਸੀਸ ਨਹੀਂ ਮਿਲਦੀ। ਜੇਕਰ ਮਿਲ ਜਾਂਦੀ ਕਿੰਨੀਆਂ ਸਾਖੀਆਂ ਹਨ, ਕਿੰਨਾ ਇਤਿਹਾਸ ਹੈ, ਕਿੰਨਾ ਵਿਰਸਾ ਆਪਣੇ ਕੋਲ ਮੌਜੂਦ ਹੈ, ਪਰ ਇਹ ਚਲਾਕੀਆਂ ਦੇ ਨਾਲ ਕੰਮ ਨਹੀਂ ਆਉਂਦਾ। ਇਸੇ ਕਰਕੇ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਕਬੀਰ ਸਾਹਿਬ ਜੀ ਵਰਗੇ ਭਗਤਾਂ ਨੇ ਵੀ ਦੁਨੀਆਂ ਦੀ ਹਾਲਤ ਵੇਖੀ, ਕਿਉਂਕਿ ਦੁਨੀਆਂ ਦੇ ਵਿੱਚ ਐਸੇ ਸਿਆਣਪਾਂ ਵਾਲੇ ਲੋਕ ਬੜੇ ਸੀ, ਖਾਸ ਕਰਕੇ ਧਰਮ ਦੇ ਨਾਮ 'ਤੇ ਵੀਰ ਜੀ ਬੜੀ ਸਿਆਣਪ ਵਿਖਾਉਂਦੇ ਸੀ, ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ। ਕਬੀਰ ਸਾਹਿਬ ਨੇ ਬੜੀ ਉੱਚੀ ਆਵਾਜ਼ ਵਿੱਚ ਇਹ ਗੱਲ ਆਖੀ, ਕਹਿਣ ਲੱਗੇ ਮੈਨੂੰ ਡਰ ਕੋਈ ਨਹੀਂ, ਕਿਉਂਕਿ ਤੁਸੀਂ ਮੇਰੇ ਨਾਲ ਕਸਰ ਕੋਈ ਨਹੀਂ ਛੱਡੀ, ਤੁਸੀਂ ਮੈਨੂੰ ਹਾਥੀ ਦੇ ਮੂਹਰੇ ਵੀ ਸੁੱਟ ਦਿੱਤਾ, ਤੁਸੀਂ ਮੈਨੂੰ ਪਹਾੜ ਦੇ ਉੱਤੋਂ ਵੀ ਸੁੱਟ ਦਿੱਤਾ, ਤੁਸੀਂ ਮੈਨੂੰ ਗੰਗਾ ਦੇ ਵਿੱਚ ਵੀ ਸੁੱਟ ਦਿੱਤਾ, ਪਰ ਵਾਹਿਗੁਰੂ ਦੀ ਕਿਰਪਾ ਨਾਲ ਮੇਰਾ ਤੁਸੀਂ ਵਾਲ ਵਿੰਗਾ ਨਹੀਂ ਕਰ ਸਕੇ, ਮੇਰਾ ਬਚਾਅ ਹੋ ਗਿਆ, ਮੈਨੂੰ ਤੁਸੀਂ ਮਾਰ ਨਹੀਂ ਸਕੇ। ਪਰ ਮੇਰੀ ਬੇਨਤੀ ਇਹ ਹੈ ਕਿ ਲੋਕ ਪਤੀ ਨੇ ਕਛੂ ਨਾ ਹੋਵੇ, ਨਾ ਹੀ ਰਾਮ ਯਾਣਾ। ਕਹਿਣ ਲੱਗੇ ਤੁਸੀਂ ਬਹੁਤੇ ਸਿਆਣੇ ਨਾ ਬਣੋ, ਤੁਸੀਂ ਆਪਣੀ ਸਿਆਣਪ ਨੂੰ ਆਪਣੇ ਕੋਲ ਰੱਖੋ, ਵਾਹਿਗੁਰੂ ਯਾਣਾ ਨਹੀਂ ਰਾਮ, ਇੱਥੇ ਰਾਮ ਦਾ ਅਰਥ ਹੈ ਵਾਹਿਗੁਰੂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 100 ਵਾਰੀ ਰਾਮ ਅੱਖਰ ਆਇਆ ਔਰ ਬਹੁਤੀਆਂ ਥਾਵਾਂ 'ਤੇ ਰਾਮ ਦਾ ਆਖਰੀ ਅਰਥ ਹੈ ਜਿਹੜਾ ਸਭ ਦੇ ਵਿੱਚ ਰਮਿਆ ਹੋਇਆ। ਜਿਸ ਤਰ੍ਹਾਂ ਕਿ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਕਿ ਸਗਲ ਬਨਸਪਤ, ਬਨਸਪਤ ਦਾ ਬਹੁਤ ਜਿਹੜੇ ਰੁੱਖ ਨੇ, ਸਾਰੇ ਰੁੱਖਾਂ ਦੇ ਵਿੱਚ ਅੱਗ ਹੁੰਦੀ ਹੈ ਪਰ ਨਜ਼ਰ ਨਹੀਂ ਨਾ ਆਉਂਦੀ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਘੀ ਆ, ਜਿਹੜਾ ਦੁੱਧ ਹੈ ਬੇਸ਼ੱਕ ਬੱਕਰੀ ਦਾ, ਬੇਸ਼ੱਕ ਮੱਝ ਦਾ, ਸਭ ਦੇ ਵਿੱਚ ਮੱਖਣ ਹੁੰਦਾ ਪਰ ਨਜ਼ਰ ਨਹੀਂ ਨਾ ਆਉਂਦਾ। ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਘੀ ਆ, ਊਂਚ ਨੀਚ ਮੈਂ ਜੋ ਸਮਾਣੀ, ਘੜ ਘੜ ਮਾਧੋ ਜੀ ਆ। ਕਹਿਣ ਲੱਗੇ ਇਹ ਜਿਹੜਾ ਹੈ ਸਾਰੇ ਸੰਸਾਰ ਦੇ ਵਿੱਚ
ਉੱਚਾਂ ਵਿੱਚ ਵੀ, ਨੀਵਿਆਂ ਵਿੱਚ ਵੀ, ਅਮੀਰਾਂ ਵਿੱਚ ਵੀ, ਗਰੀਬਾਂ ਵਿੱਚ ਵੀ, ਵੱਡੇ ਵੀ, ਛੋਟੇ ਵਿੱਚ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਸਭ ਦੇ ਵਿੱਚ ਰੱਬ ਦੀ ਜੋਤ ਹੈ। ਇਸ ਕਰਕੇ ਬੰਦੇ ਤੂੰ ਬਹੁਤਾ ਸਿਆਣਾ ਨਾ ਬਣ। ਇਸੇ ਕਰਕੇ ਸਤਿਗੁਰੂ ਨੇ ਰੋਜ਼ ਬਖਸ਼ਿਸ਼ ਕਰਨੀ ਹੁੰਦੀ ਹੈ ਆਸਾ ਕੀ ਵਾੜ ਦੇ ਵਿੱਚ। ਕਹਿਣ ਲੱਗੇ ਜਿਹੜੇ ਐਸੇ ਸਿਆਣੇ ਲੋਕ ਬਣਦੇ ਨੇ, ਆਪਣੇ ਆਪ ਨੂੰ ਸਿਆਣਾ ਵਿਖਾਉਂਦੇ ਨੇ, ਕਹਿਣ ਲੱਗੇ ਉਹਨਾਂ ਦਾ ਹਾਲ ਕੀ ਹੈ? ਵਾਇਨ ਚੇਲੇ ਨੱਚਣ ਗੁਰ, ਪੈਰ ਹਿਲਾਇਨ ਫੇਰਨ ਸਿਰ, ਉੜ ਉੜ ਰਾਵਾ ਝਾਟੇ ਪਾਏ, ਵੇਖੇ ਲੋਕ ਹੱਸੇ ਘੜ ਜਾਏ। ਐਸੇ ਲੋਕਾਂ ਦੀ ਸਿਆਣਪ ਵੇਖ ਵੇਖ ਕੇ, ਜਿਹੜੇ ਸਿਆਣੇ ਲੋਕ ਨੇ ਨਾ, ਉਹਨਾਂ ਦੀ ਮੂਰਖਤਾ ਦੇ ਉੱਤੇ ਘੜ ਜਾ ਕੇ ਹੱਸਦੇ ਨੇ, ਵੇਖੇ ਲੋਕ ਹੱਸੇ ਘੜ ਜਾਏ। ਅਤੇ ਰੋਟੀਆਂ ਕਾਰਨ ਪੂਰਨਤਾ, ਕਹਿਣ ਲੱਗੇ ਉਹਨਾਂ ਦਾ ਕੇਵਲ ਰੋਟੀਆਂ ਤੱਕ ਸੀਮਤ ਨੇ। ਸੋ ਜਿਹੜਾ ਬੰਦਾ ਧਰਮ ਦੇ ਨਾਮ 'ਤੇ ਬਹੁਤਾ ਸਿਆਣਾ ਬਣੇਗਾ, ਮੇਰੇ ਸਤਿਗੁਰੂ ਜੀ ਨੇ ਉਹ ਪ੍ਰਵਾਨ ਹੈ ਹੀ ਨਹੀਂ। ਹਾਂ, ਇਸੇ ਕਰਕੇ ਮਾਨ ਕਰ ਤਜੋ ਸਿਆਣਪ ਸੁੜ ਜਾਣਾ। ਰਾਈਟ, ਸਾਨੂੰ ਆਪਣੀ ਉਹ ਸਿਆਣਪ ਛੱਡ ਕੇ ਨਿਮਾਣਾ ਹੋ ਕੇ ਗੁਰੂ ਅੱਗੇ ਝੁਕਣਾ ਪਏਗਾ, ਤਦ ਜਾ ਕੇ ਅਸੀਂ ਪ੍ਰਵਾਨ ਹੋਵਾਂਗੇ। ਪਰ ਜੇਕਰ ਸਿਆਣਪਾਂ ਖਾਵਾਂਗੇ ਤਾਂ ਨਹੀਂ ਪ੍ਰਵਾਨ, ਬਿਲਕੁਲ ਨਹੀਂ। ਲੇਕਿਨ ਇੱਕ ਛੋਟੀ ਜਿਹੀ ਬ੍ਰੇਕ ਜੀ 'ਤੇ, ਅੱਗੇ ਵੀ ਗੁਰੂ ਸਾਹਿਬ ਜੋ ਗੱਲ ਕਰ ਰਹੇ ਨੇ ਉਹ ਬੜੀ ਇੰਪੋਰਟੈਂਟ ਹੈ, ਸਿਮਰਨ ਦੀ। ਸਿਮਰੋ ਹਰ ਹਰ ਰਾਏ, ਕਿਸ ਨੂੰ ਸਿਮਰਨਾ ਹੈ? ਕਿਉਂਕਿ ਇਹ ਸਿਮਰਨ ਦੇ ਨਾਂ ਦੇ ਉੱਤੇ ਵੀ ਜੋ ਕੁਝ ਚੱਲ ਰਿਹਾ ਸਾਡੇ ਸਮਾਜ ਵਿੱਚ ਸਾਨੂੰ ਪਤਾ ਹੀ ਹੈ। ਇਸ ਬਾਰੇ ਜਾਣਕਾਰੀ ਲੈਣੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। Here is our first contestant. He is hungry. He is ill. He has to make a crucial decision. He has to decide food or medicine. He doesn't have enough money for both. He has to choose. He is hungry. Wait. He wants the medicine. It's not a game. It's a brutal reality. Why should anyone have to choose between food or medicine? CARP fights to increase the CPP for everyone and for additional support for low-income seniors. Join today at carp.ca. ਇਹ ਧਾਰਮਿਕ ਸੈਗਮੈਂਟ ਕੁਕਟਲਮ ਸਥਿਤ ਬਾਂਕੇ ਇਨਵੈਸਟਮੈਂਟ ਲਿਮਿਟਡ ਵੱਲੋਂ ਸਪਾਂਸਰਡ ਹੈ। 604-931-3331। ਸੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸੈਗਮੈਂਟ ਵਿੱਚ। ਮੇਰੇ ਸਾਥ ਦੇ ਰਹੇ ਨੇ ਭਾਈ ਜੈਵੀਰ ਸਿੰਘ ਜੀ, ਜਿਹੜੇ ਸਾਡੇ ਮਹਿਮਾਨ ਹਨ। ਅਤੇ ਅੱਜ ਗੱਲਬਾਤ ਚੱਲ ਰਹੀ ਕਿ ਸਿਆਣਪ ਨੂੰ ਛੱਡਣਾ ਪਏਗਾ ਜੇਕਰ ਅਸੀਂ ਰੱਬ ਦੇ ਮਾਰਗ 'ਤੇ ਤੁਰਨਾ ਹੈ। ਗੁਰੂ ਸਾਨੂੰ ਇਹੀ ਉਪਦੇਸ਼ ਕਰਦਾ ਹੈ। ਅਗਲੇ ਤੁਕ ਦੇ ਵਿੱਚ ਜੋ ਇਹ ਚੱਲ ਰਹੀ ਹੈ ਉਸ ਦੇ ਵਿੱਚ ਸਿਮਰਨ ਦਾ ਜ਼ਿਕਰ ਆ ਰਿਹਾ, ਸਿਮਰਨ ਦਾ ਗੱਲ ਕਿਹਾ ਜਾ ਰਿਹਾ ਹੈ। ਕਿਸ ਨੂੰ ਅਸੀਂ ਸਿਮਰਨਾ ਹੈ ਅਤੇ ਕਿਵੇਂ ਸਿਮਰਨਾ ਹੈ? ਆਓ ਇਸ ਬਾਰੇ ਜਾਣਕਾਰੀ ਲੈਣੇ ਭਾਈ ਜੈਵੀਰ ਸਿੰਘ ਜੀ ਤੋਂ। ਗੱਲ ਕੀ ਚੱਲ ਰਹੀ ਹੈ? ਤਜੋ ਸਿਆਣਪ ਸੁਰਜਣੋ। ਇਹ ਤਾਂ ਸੁਣਦਾ ਬਹੁਤ ਕਿ ਬੜੇ ਸਿਆਣੇ ਜਿਹੜੇ ਵਿਵੇਕ ਬੁੱਧੀ ਦੇ ਮਾਲਕ ਨੇ, ਦੇਵ ਤੇ ਬਿਰਤੀ ਦੇ ਮਾਲਕ ਨੇ, ਮਾਨ ਬਖਸ਼ਿਸ਼ ਕੀਤੀ। ਕਹਿਣ ਲੱਗੇ ਮੇਰੇ ਆਖੇ ਲਵੋ, ਤੁਸੀਂ ਸਿਆਣਪ ਛੱਡ ਦਿਓ। ਸਿਆਣਪ ਛੱਡ ਕੇ, ਹੇਰਾ ਫੇਰੀਆਂ ਛੱਡ ਕੇ, ਚਲਾਕੀਆਂ ਛੱਡ ਕੇ, ਉਸ ਵਾਹਿਗੁਰੂ ਦਾ ਨਾਮ ਸਿਮਰੋ। ਸਿਮਰੋ ਹਰ ਹਰ ਰਾਏ, ਸਿਮਰੋ ਉਸ ਰੱਬ ਦੀ ਬੰਦਗੀ ਕਰੋ। ਪਰ ਹੁਣ ਤੁਸੀਂ ਸਵਾਲ ਕੀਤਾ ਵੀ ਕਿਹਦਾ ਨਾਮ ਸਿਮਰੀਏ, ਕਿਉਂਕਿ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਬਾਰ ਬਾਰ ਇਸ ਗੱਲ ਦੇ ਉੱਤੇ ਜੋੜ ਦਿੱਤਾ ਹੈ, ਕਿਸੇ ਨੂੰ ਮਾੜਾ ਨਾ ਆਖੋ, ਕਿਸੇ ਨੂੰ ਬੁਰਾ ਨਾ ਆਖੋ। ਸਾਡੇ ਕੋਲ ਟਾਈਮ ਇੰਨਾ ਨਹੀਂ ਹੁੰਦਾ ਅਸੀਂ ਕਿਸੇ ਨੂੰ ਮਾੜਾ ਆਖੀਏ, ਸਾਡੇ ਕੋਲ ਬੜਾ ਥੋੜ੍ਹਾ ਟਾਈਮ ਹੈ, ਔਰ ਅਸੀਂ ਆਪਣੀ ਚੰਗਿਆਈ ਨੂੰ ਹੀ ਆਪਣੇ ਜੀਵਨ ਦੇ ਵਸਾਈਏ। ਅਤੇ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਸਿਮਰੋ ਹਰ ਹਰ ਰਾਏ। ਕਹਿਣ ਲੱਗੇ ਕੇਵਲ ਇੱਕ ਰੱਬ ਦੀ ਬੰਦਗੀ ਕਰਨੀ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾ ਖਾਲਸੇ ਕਾ। ਅਤੇ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਜੋ ਇੱਕ ਰੱਬ ਦਾ ਨਾਮ ਸਿਮਰੋਗੇ ਨਾ, ਉਹਦੇ ਨਾਲ ਹੀ ਤੁਹਾਡੀਆਂ ਸਿਆਣਪਾਂ ਵੀ ਪਿੱਛੇ ਹੋ ਜਾਣਗੀਆਂ। ਫਿਰ ਤੁਸੀਂ ਆਪ ਆਖੋਗੇ ਕਿ ਤੂੰ ਸਮਰੱਥ ਵੱਡਾ। ਸਿਮਰੋ ਕਿਉਂ? ਕਿਉਂ ਸਿਮਰੋ? ਕਿਉਂਕਿ ਸਿਮਰਨ ਦੇ ਨਾਲ ਹੀ ਸਿਆਣਪ ਪਿੱਛੇ ਹੋ ਜਾਂਦੀ ਹੈ। ਜਿਹੜਾ ਬੰਦਾ ਸਿਮਰਨ ਕਰਦਾ ਹੈ, ਜਿਹੜਾ ਬੰਦਾ ਬੰਦਗੀ ਭਗਤੀ ਬਾਣੀ ਬਾਣੀਆਂ ਸਿਰ ਬਾਣੀ ਤੁਰਕੀ ਬਾਣੀ ਦੇ ਨਾਲ ਜੁੜਦਾ ਹੈ ਵੀਰ ਜੀ, ਉਹ ਫਿਰ ਕਹਿੰਦਾ ਕਿ ਹੇ ਮੇਰੇ ਵਾਹਿਗੁਰੂ, ਮੈਂ ਸਿਆਣਾ ਨਹੀਂ, ਮੇਰੇ ਕੋਲ ਤਾਂ ਹਰ ਵੇਲੇ ਇਹ ਗੱਲ ਯਾਦ ਰਹਿੰਦੀ ਮੈਨੂੰ, ਮੈਂ ਮੂਰਖ ਕੀ ਕੇ ਤੱਕ ਬਾਤ ਹੈ, ਕੋਟ ਪਰਾਦੀ ਤਰਿਆ ਰੇ। ਜਿਹੜਾ ਬੰਦਾ ਸਿਮਰੇਗਾ ਨਾ, ਉਹ ਆਖੇਗਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਉਗਣ ਹਮਾਰੇ। ਜਿਹੜਾ ਬੰਦਾ ਸਿਮਰੇਗਾ ਨਾ, ਉਹਦੇ ਵਿੱਚ ਇੰਨੀ ਹਲੇਮੀ ਆ ਜਾਏਗੀ ਕਿ ਹਮ ਸਰ ਦੀਨ ਦਿਆਲ ਨਾ ਤੁਮ ਸਰ ਆਪ ਪਤਿਆਰ ਕਿਆ ਕੀਜੇ। ਗੱਲ ਕੀ ਚੱਲ ਰਹੀ ਹੈ? ਵੇਖੋ ਸਿਆਣਪ ਅਤੇ ਸਿਮਰਨ ਦੀ, ਕਿਉਂਕਿ ਮੈਂ ਫਿਰ ਬੇਨਤੀ ਕਰਾਂ, ਬੜਾ ਦੁੱਖ ਵੀ ਹੁੰਦਾ, ਅਫਸੋਸ ਵੀ ਹੁੰਦਾ, ਜਦੋਂ ਬੰਦਾ ਬਹੁਤੀ ਸਿਆਣਪ ਦੇ ਨਾਲ ਸਿਮਰਨ ਕਰੇ ਨਾ, ਉਹਦਾ ਤਰੀਕਾ ਹੀ, ਉਹਦਾ ਲਹਿਜਾ ਹੀ ਬਦਲ ਜਾਏਗਾ। ਸਿਆਣਪ ਦੇ ਨਾਲ ਬਹੁਤਾ ਤੁਸੀਂ ਕੀਰਤਨ ਵੀ ਕਰੋ, ਕਥਾ ਵੀ ਕਰੋ, ਬਾਣੀ ਦਾ ਪਾਠ ਵੀ ਕਰੋ ਨਾ, ਦੂਜਾ ਬੰਦਾ ਆਪੇ ਪਛਾਣ ਲੈਂਦਾ ਹੈ। ਸੋ ਮੇਰੇ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ, ਭੋਲੇ ਭਾਏ ਮਿਲੇ ਰਗੁਰਾਏ। ਕਹਿਣ ਲੱਗੇ ਬਹੁਤੀਆਂ ਸਿਆਣਪਾਂ ਨਹੀਂ, ਜੇਕਰ ਸਿਆਣਪਾਂ ਨਾਲ ਮਿਲ ਜਾਂਦਾ, ਐਸੀਆਂ ਸਾਖੀਆਂ ਬੜੀਆਂ ਹੈਗੀਆਂ ਜਿਨ੍ਹਾਂ ਨੇ ਬੜੀਆਂ ਸਿਆਣਪਾਂ ਵਿਖਾਈਆਂ,
और अपने ज्ञान का भी अपने गुणा का भी माण किया पर गुरु घर के कबूल ना हो क्योंकि सियाणा तो प्रतिचंद ही बना सी पर मेरे महाराज बख्शिश कर रहे हैं कि बी सियाणपा छड़ के रब का नाम जपना शुरू करो वाहेगुरु की बंदगी पर हुण ओही गल आ जांदी है ना जपण के तरीके बड़े ने पर असी बहुते उस पासे ना जाके असी अपने गुरु नूं पुछणा है सतगुरु जी किवें जपीए किवें आप जी का नाम सिमरीए महाराज बख्शिश कर रहे हैं कहना कि बहुत ही सियाणा विखाण की लोड़ नहीं है बहुते वखरे मेरे दे विच आण दी लोड़ नहीं एक कम करो हर का बिलोबना बिलोवो मेरे भाई सहज बिलोवो जैसे तत ना जाई कहने लगे भी हरी परमात्मा वाहेगुरु का नाम जपो सिमरो उहदे नाल की होगा सुख भी मिलेगा शांति मिलेगी सारे कार्य भी रास हो जाएंगे समाज विच भी इस लोक विच भी ते परलोक विच भी माण मिलेगा पर बहुत ही सियाणप ना करके रब का नाम सिमरोगे तो वो नाल की होएगा सारिया सियाणपा पिछे रह के थानू इस गल का एहसास हो जाएगा कि माधो हम ऐसे तू ऐसा कि अपनी असलियत वेखो सिमरन का मकसद की है रब की बंदगी करन दा सच्चा मकसद बाणी के मुताबिक मैं बेनती करा असी दुनिया भी गल्ला करांगे ना उहदा तोड़ हो सकता है बिल्कुल मेरे तो भी कोई सियाणा बंदा आगे इत्थे बोल सकता है पर मैं दावे ना दे कह सकदा जदों असीं बाणी दी गल करांगे ना गुरु ग्रंथ साहिब जी महाराज जी दी बाणी दे विचों फरमान लैके बाणी दी व्याख्या बाणी नाल ही करांगे ते वीर जी कोई दुनिया दी ताकत किंतु नहीं कर सकदी इसे करके मेरे सतगुरु ने बख्शिश कीती दूजे पासे ध्यान नहीं जाना केवल बाणी दे नाल जुड़ो और बाणी ही सारे मसले साडे हल कर दिंदी है ते मेरे महाराज बख्शिश करन जिहड़ा बंदा रब दी बंदगी करेगा उहदी सियाणा आप ही दूर हो जाएगी वह आखेगा सतगुरु जी तू समर्थ वड्डा बई मेरी मत थोरी राम ते हे सतगुरु जदों मैं हुण तेरा नाम जपना शुरू कर दिता है ते मैनू इस गल का एहसास हो गया कि हम मैले तुम उज्जल करते हम निर्गुण तू दाता हम मूरख हुण मैं बेनती करा जदों बंदा यह गल्लां नूं विचारदा ना और दिल दियां गहराइयां विचों कई बारी दोवें हथ जोड़ के सीस निभ जांदा है गुरु ग्रंथ साहिब जी महाराज चरणां विच सतगुरु जी तुसी इन्नी महान कृपा कीती है तुसी गुणा दे समुंदर हो ज्ञान दे सागर हो पर तुसी गुरुआं ने फिर भी अपने आप नूं निमाणापन क्योंकि वेखो मैं फिर बेनती करा ये अखर मेरे सतगुरु जी ने अपने वास्ते क्यों बढ़ते क्योंकि बंदे की हालत तुसी समझदे ही हो ना बंदा तां ਉਹ ਗੁਣਾਂ ਨੂੰ ਕਰਕੇ ਵੀ ਆਪਣੇ ਆਪ ਨੂੰ ਫਿਰ ਵੀ ਚੰਗਾ ਕਹਿੰਦਾ ਹੈ ਇਸੇ ਕਰਕੇ ਮਹਾਰਾਜ ਬਾਣੀ ਵਿੱਚ ਬਖਸ਼ਿਸ਼ ਕੀਤੀ ਜਿਹੜਾ ਬੰਦਾ ਇਹ ਸਿਆਣਪਾਂ ਵਰਤ ਕੇ ਸੰਸਾਰ ਵਿੱਚ ਵਿਚਰੇਗਾ ਉਹ ਕਦੇ ਵੀ ਗੁਰੂ ਦੇ ਦਰ 'ਤੇ ਕਬੂਲ ਨਹੀਂ ਹੋਵੇਗਾ ਇਸੇ ਕਰਕੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਮੇਰੇ ਆਖੇ ਲਵੋ ਮਹਾਰਾਜ ਕੀ ਕਰੀਏ ਕਹਿਣ ਲੱਗੇ ਛੱਡ ਦਿਓ ਇਹ ਬਹੁਤੀਆਂ ਸਿਆਣਪਾਂ ਇਹ ਬਹੁਤੀ ਚੰਚਲਤਾਈ ਛੱਡ ਕੇ ਬੜੇ ਨਿਮਾਣੇ ਹੋ ਕੇ ਆਓ ਜਿਸ ਤਰ੍ਹਾਂ ਕਿ ਭਾਈ ਗੁਰਦਾਸ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਜਿਹੜਾ ਸੱਪ ਹੁੰਦਾ ਹੈ ਨਾ ਜਦੋਂ ਧਰਤੀ ਦੇ ਉੱਤੇ ਚੱਲਦਾ ਹੈ ਬੜੀਆਂ ਲਹਿਰਾਂ ਮਜਬੂਰੀ ਹੈ ਉਹਦੀ ਲਹਿਰਾਂ ਦੇ ਵਿੱਚ ਚੱਲਣਾ ਪਏਗਾ ਤਾਂ ਹੀ ਉਹ ਅੱਗੇ ਵਧੇਗਾ ਪਰ ਜਦੋਂ ਆਪਣੇ ਘਰ ਵਿੱਚ ਆਉਂਦਾ ਹੈ ਬਿਲਕੁਲ ਸਿੱਧਾ ਬੜਾ ਸਲੋਲੀ ਆਉਂਦਾ ਹੈ ਔਰ ਤਾਂ ਜਾ ਕੇ ਆਪਣੇ ਘਰ ਦੇ ਵਿੱਚ ਸਮਾਉਂਦਾ ਹੈ ਕਹਿਣ ਲੱਗੇ ਇਸੇ ਤਰ੍ਹਾਂ ਲਹਿਰਾਂ ਪਾਣੀ ਦੇ ਵਿੱਚ ਚੱਲਦੀਆਂ ਹਨ ਜ਼ਰੂਰੀ ਹੈ ਕਿਉਂਕਿ ਲਹਿਰਾਂ ਦਾ ਸੁਭਾਅ ਹੋਵੇਗਾ ਪਰ ਜਦੋਂ ਤੱਕ ਲਹਿਰਾਂ ਚੱਲਣਗੀਆਂ ਉਹਦੇ ਵਿੱਚ ਅਸੀਂ ਆਪਣੀ ਤਸਵੀਰ ਨਹੀਂ ਵੇਖ ਸਕਦੇ ਜਦੋਂ ਪਾਣੀ ਬਿਲਕੁਲ ਸ਼ਾਂਤ ਹੋਏਗਾ ਟਿਕ ਜਾਏਗਾ ਤਾਂ ਅਸੀਂ ਉਹਦੇ ਵਿੱਚ ਆਪਣਾ ਮੁੱਖ ਵੀ ਵੇਖ ਸਕਦੇ ਹਾਂ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਦੁਨੀਆ ਵੀ ਤੌਰ ਤੋਂ ਸਿਆਣਪ ਚਾਹੀਦੀ ਹੈ ਦੁਨੀਆ ਵੀ ਤੌਰ ਤੋਂ ਹੁਨਰ ਚਾਹੀਦਾ ਔਰ ਇਸੇ ਕਰਕੇ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਭਾਈ ਗੁਰਦਾਸ ਜੀ ਵਰਗੇ ਗੁਰੂ ਕੇ ਸਿੱਖ ਨੂੰ ਬਨਾਰਸ ਸਿੱਖਣ ਵਾਸਤੇ ਭੇਜਿਆ ਔਰ ਅੱਜ ਐਸੀਆਂ ਟਕਸਾਲਾਂ ਬਣਾਈਆਂ ਗੁਰੂ ਕੀ ਕਾਸੀ ਬਣਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਮੇਰਾ ਸਿੱਖ ਬੜਾ ਸਿਆਣਾ ਹੋਵੇ ਵਿਵੇਕ ਬੁੱਧੀ ਦਾ ਮਾਲਕ ਹੋਵੇ ਪਰ ਐਸੀ ਸਿਆਣਪ ਕਬੂਲ ਨਹੀਂ ਕੀਤੀ ਕਿਸੇ ਦੇ ਨਾਲ ਧੋਖਾ ਕਰੇ ਕਿਸੇ ਦੇ ਨਾਲ ਹੇਰਾ ਫੇਰੀ ਕਰੇ ਜਾਂ ਆਪਣੀ ਸਿਆਣਪ ਦੇ ਨਾਲ ਕਿਸੇ ਦਾ ਨੁਕਸਾਨ ਕਰੇ ਇਸੇ ਕਰਕੇ ਇੱਥੇ ਗੱਲ ਚੱਲ ਰਹੀ ਹੈ ਤਾਂ ਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਕਿ ਭਾਈ ਬਹੁਤੀਆਂ ਹੇਰਾ ਫੇਰੀਆਂ ਚਲਾਕੀਆਂ ਨਾ ਕਰਕੇ ਰੱਬ ਦਾ ਨਾਮ ਜਪੋ ਬਹੁਤੇ ਸਿਆਣੇ ਨਾ ਬਣੋ ਅਤੇ ਫਿਰ ਕੀ ਹੋਏਗਾ ਰੱਬ ਦਾ ਨਾਮ ਜਪੋਗੇ ਅਤੇ ਤੁਹਾਨੂੰ ਆਪਣੀ ਅਸਲੀਅਤ ਵੇਖੋ ਮੈਂ ਫਿਰ ਬੇਨਤੀ ਕਰਾਂ ਬਾਣੀ ਦੇ ਵਿੱਚ ਸਵੈ ਪੜਚੋਲ ਆਪਣੀ ਜਿਹੜੀ ਅੰਦਰੋਂ ਕਿਉਂਕਿ ਸਿਆਣਪ ਤਾਂ ਜਿਹੜਾ ਸੱਜਣ ਸੀ ਉਹ ਵੀ ਬੜੀ ਵਿਖਾਉਂਦਾ ਸੀ ਨਾ ਜਪਦਾ ਵੀ ਸੀ ਜਪਣ ਦਾ ਵੀ ਉਹ ਵਿਖਾਵਾ ਕਰਦਾ ਸੀ ਪਰ ਸਿਆਣਪ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਦੀ ਸਿਆਣਪ ਫੜ ਲਈ ਉਹਦੀ ਸਿਆਣਪ ਨੂੰ ਉਹਦੇ ਸਾਹਮਣੇ ਪੇਸ਼ ਕੀਤਾ ਕਹਿਣ ਲੱਗੇ ਉਜਲ ਕਹਿਹਾਂ ਚਿਲਕਣਾ ਇਹ ਸੂਹੀ ਰਾਗ ਦੇ ਵਿੱਚ ਸ਼ਬਦ ਹੈਗਾ ਅੱਜ ਵੀ ਹੈਗਾ ਕਿ ਕਹਿਣ ਲੱਗੇ ਸੱਜਣਾ ਤੇਰੀ ਸਿਆਣਪ ਫੜੀ ਗਈ ਕਿਉਂਕਿ ਤੂੰ ਹੋ ਸਕਦਾ ਲੋਕਾਂ ਨੂੰ ਮੂਰਖ ਬਣਾ ਸਕਦਾ ਲੋਕਾਂ ਨੂੰ ਭੁਲੇਖੇ ਵਿੱਚ ਪਾ ਸਕਦਾ
ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਜਦੋਂ ਮੈਂ ਤੇਰੇ ਵੱਲ ਵੇਖਦਾ ਮੈਨੂੰ ਬੜਾ ਤਰਸ ਵੀ ਆਉਂਦਾ ਔਰ ਅਫਸੋਸ ਵੀ ਹੁੰਦਾ ਔਰ ਦੁੱਖ ਵੀ ਹੁੰਦਾ ਕਿਉਂਕਿ ਤੇਰੀ ਹਾਲਤ ਉਸ ਕਹੇ ਦੇ ਭਾਂਡੇ ਵਰਗੀ ਹੈ ਜਿਹੜਾ ਉੱਪਰੋਂ ਤਾਂ ਬੜਾ ਚਮਕਦਾ ਲਿਸਕਦਾ ਵੀ ਹੈ ਪਰ ਅੰਦਰੋਂ ਮਲੀਨਤਾ ਆਉਂਦੀ ਹੈ। ਇਸੇ ਤਰ੍ਹਾਂ ਮੈਂ ਬੇਨਤੀ ਕਰਾਂ ਬੜਾ ਦੁੱਖ ਵੀ ਆਉਂਦਾ ਹੈ। ਕਈ ਵਾਰੀ ਧਰਮ ਦੇ ਨਾਮ 'ਤੇ ਬੰਦਾ ਉੱਪਰੋਂ ਬੜਾ ਲਿਸਕ ਰਿਹਾ ਹੁੰਦਾ ਹੈ, ਚਮਕ ਰਿਹਾ ਹੁੰਦਾ ਹੈ, ਵੇਖਣ ਨੂੰ ਇਸ ਤਰ੍ਹਾਂ ਲੱਗਦਾ ਕਿ ਪੂਰਾ ਬ੍ਰਹਮ ਗਿਆਨੀ ਹੈ ਪਰ ਅੰਦਰੋਂ ਮਹਿਲ ਭਰੀ ਹੈ। ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਐਸੇ ਲੋਕਾਂ ਨੂੰ ਕਬੂਲ ਗੁਰੂ ਘਰ ਦੇ ਵਿੱਚ ਨਾ ਕੀਤਾ ਗਿਆ, ਨਾ ਕੀਤੇ ਜਾ ਰਹੇ ਹਨ, ਨਾ ਕੀਤੇ ਜਾਣਗੇ। ਇਸੇ ਕਰਕੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਉਜਲ ਕਹਿਹਾਂ ਚਿਲਕਣਾ ਘੋਟਿਮ, ਘੋਟਿਮ ਦਾ ਅਰਥ ਹੁੰਦਾ ਹੈ ਜਦੋਂ ਉਹਨੂੰ ਘੋਟੀ ਨਾ ਤਗੜੀਏ, ਘੋਟਿਮ ਕਾਲੜੀ ਮਸ, ਮਸ ਦਾ ਅਰਥ ਹੁੰਦਾ ਸਿਆਹੀ। ਉਜਲ ਕਹਿਹਾਂ ਚਿਲਕਣਾ ਘੋਟਿਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੀ ਜੇ ਸੋ ਧੋਵਾਂ ਤਿਸ। ਕਹਿਣ ਲੱਗੇ ਸੋ ਭਾਰੀ ਬਾਹਰੀ ਵੀ ਜੇਕਰ ਉਸ ਬਾਣੀ ਧੋਵ ਲਈ ਨਾ ਅਤੇ ਤਾਂ ਵੀ ਉਹਦੀ ਅੰਦਰੂਨੀ ਮੈਲ। ਇਸੇ ਕਰਕੇ ਬਾਣੀ ਵਾਰ ਵਾਰ ਬਖਸ਼ਿਸ਼ ਕਰਦੀ ਹੈ। ਕਹਿਣ ਲੱਗੇ ਸਿਆਣਪ ਜਿਹੜੀ ਹੈ, ਹੇ ਮਨੁੱਖ, ਹੇ ਪ੍ਰਾਣੀ, ਹੇ ਇਨਸਾਨ, ਤੇਰੀ ਗੁਰੂ ਦੇ ਸਾਹਮਣੇ ਨਹੀਂ ਚੱਲਣੀ ਕਿਉਂਕਿ ਇੱਥੇ ਤਾਂ ਜੀਓ ਨਿਰਮਲ ਬਾਹਰੋਂ ਨਿਰਮਲ ਹੋਣਾ, ਕਿਤੇ ਐਸਾ ਨਾ ਹੋਵੇ ਬਾਹਰੋਂ ਤਾਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂ ਹੈ ਹਾਰਿਆ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਬਾਣੀ ਦੇ ਵਿੱਚ ਹੈਗੀਆਂ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ, ਸਤਿਗੁਰੂ ਜੀ ਦੁਨੀਆ ਵੀ ਤੋੜ ਤੋਂ ਅਸੀਂ ਸਿਆਣੇ ਹੋਈਏ, ਜਦੋਂ ਕਿਸੇ ਦੇ ਨਾਲ ਕੋਈ ਗੱਲਬਾਤ ਕਰਨੀ ਹੋਵੇ, ਡਿਸਕਸ ਕਰਨੀ ਹੋਵੇ, ਤਾਂ ਗੁਰੂ ਕੇ ਸਿੱਖਾਂ ਨੇ ਕੀਤੀ ਹੈ। ਦਿੱਤ ਸਿੰਘ ਵਰਗੇ ਲੋਕਾਂ ਨੇ ਬੜੇ ਬੜੇ ਲੋਕਾਂ ਨੂੰ ਹਰਾਇਆ, ਪਰ ਜਦੋਂ ਉਹ ਨਿਮਾਣਤਾ ਦੇ ਵਿੱਚ ਆਏ, ਰੱਬ ਦੇ ਨਾਮ ਦੀ ਗੱਲ ਕੀਤੀ, ਗੁਰੂ ਦੇ ਨਾਲ ਜੁੜਨ ਦੀ ਗੱਲ ਕੀਤੀ, ਉਹਨਾਂ ਨੇ ਫਿਰ ਕਹਿ ਦਿੱਤਾ, ਕਹਿਣ ਲੱਗੇ ਸਾਰੀ ਮਤ ਉਸ ਰੱਬ ਦੀ ਹੈ ਕਿਉਂਕਿ ਉਹ ਪਰਮਾਤਮਾ ਹੀ ਮਤ ਦਿੰਦਾ ਹੈ। ਸਭ ਗੁਣ ਤੇਰੇ ਮੈਂ ਨਾ ਹੀ ਕੋਈ, ਵਿਣ ਗੁਣ ਕੀਤੇ ਭਗਤ ਨਾ ਹੋਏ। ਬਿਲਕੁਲ ਜੀ, ਭਗਤ ਹੋਣ ਵਾਸਤੇ ਨਿਮਾਣਾ ਹੋਣਾ ਹੀ ਪੈਂਦਾ, ਅਤੇ ਇਹੀ ਗੁਰਬਾਣੀ ਸਾਨੂੰ ਉਪਦੇਸ਼ ਕਰਦੀ ਹੈ ਬਿਲਕੁਲ ਕਿ ਉਹ ਸਿਆਣਪਾਂ ਨੂੰ ਛੱਡ ਕੇ ਅਸੀਂ ਅੱਜ ਜੋ ਸਾਡੇ ਸਮਾਜ ਵਿੱਚ ਹੋ ਰਿਹਾ, ਜੇਕਰ ਇਹ ਸਿਆਣਪਾਂ ਨੂੰ ਨਹੀਂ ਛੱਡਦੇ ਤਾਂ ਅਸੀਂ ਆਪਣੀ ਆਉਣ ਵਾਲੀ ਪਨੀਰੀ ਨੂੰ ਨਹੀਂ ਜੋੜ ਸਕਦੇ, ਸਗੋਂ ਨੁਕਸਾਨ ਹੋ ਰਿਹਾ, ਇਹ ਸਿਆਣਪ ਦੇ ਨਾਲ ਕਰਕੇ ਨੁਕਸਾਨ ਹੋ ਰਿਹਾ। ਬਿਲਕੁਲ, ਤੁਹਾਡਾ ਧੰਨਵਾਦ ਜੀ ਇੱਥੇ ਆ ਕੇ ਸਾਡੇ ਨਾਲ ਸਾਂਝ ਪਾਉਣ ਲਈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7755 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com। ਇਹ ਪ੍ਰੋਗਰਾਮ ਜੋ ਤੁਸੀਂ ਦੁਬਾਰਾ ਵੀ ਦੇਖਣਾ ਚਾਹੋ ਤਾਂ youtube.com/harpreetsingshow 'ਤੇ ਜਾ ਕੇ ਦੇਖ ਸਕਦੇ ਹੋ। ਭਾਈ ਸਾਹਿਬ ਨਾਲ ਕਿਤੇ ਪਹਿਲਾਂ ਵੀ ਕੀਤੀਆਂ ਗਈਆਂ ਰਿਕਾਰਡਿੰਗਸ ਜਿਹੜੀਆਂ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ। ਇੱਥੇ ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ।